ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ 'ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਜ਼ਰੂਰ ਦਬਾਓ। ਮਾਨਸਾ ਵਿੱਚ ਪੰਜਾਬ ਸਰਕਾਰ ਵੱਲੋਂ ਤੀਜੇ ਪੜਾਅ ਤਹਿਤ ਕਰਜ਼ਾ ਰਾਹਤ ਸਕੀਮ 2017 ਅਧੀਨ 10 ਕਿਸਾਨਾਂ ਨੂੰ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵੱਲੋਂ ਪ੍ਰਮਾਣ ਪੱਤਰ ਦਿੱਤੇ ਗਏ। ਗੁਰਪ੍ਰੀਤ ਸਿੰਘ ਕਾਂਗੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਦੇ ਤੀਜੇ ਪੜਾਅ ਤਹਿਤ ਕਿਸਾਨਾਂ ਦੇ ਤਕਰੀਬਨ 2,70,00,000 ਰੁਪਏ ਦੀ ਰਾਸ਼ੀ ਦਾ ਕਰਜ਼ਾ ਮਾਫ਼ ਕਰੇਗੀ, ਜਿਸ ਨਾਲ ਜ਼ਿਲ੍ਹੇ ਵਿੱਚ ਤਕਰੀਬਨ 690 ਕਿਸਾਨਾਂ ਨੂੰ ਫਾਇਦਾ ਪਹੁੰਚੇਗਾ। ਇਸ ਮੌਕੇ 10 ਕਿਸਾਨਾਂ ਨੂੰ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਬੇਸ਼ੱਕ ਵਿਰੋਧੀ ਪਾਰਟੀ ਕਿੰਨਾ ਵੀ ਰੌਲਾ ਪਾ ਲਵੇ, ਪਰ ਅਸੀਂ ਕਿਸਾਨਾਂ ਤੋਂ ਬਿਜਲੀ ਦਾ ਬਿੱਲ ਨਹੀਂ ਲਵਾਂਗੇ। ਹਾਲ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਬਾਅਦ ਬਹੁਤ ਤੇਜ਼ ਹਵਾਵਾਂ ਝੱਕਰ, ਕੱਲ੍ਹ ਨੂੰ ਵੀ ਹੁਣ ਸਾਨੂੰ ਫਿਕਰ ਹੋਇਆ ਪਿਆ, ਕੱਲ੍ਹ ਨੂੰ ਕਹਿੰਦੇ ਬਹੁਤ ਮਤਲਬ ਮਾੜਾ ਮੌਸਮ ਹੈ। ਦੇਖੋ ਮੌਸਮ ਮੂਹਰੇ ਤਾਂ ਕੁਦਰਤ ਮੂਹਰੇ ਕੋਈ ਵੀ ਨਹੀਂ ਖੜ ਸਕਦਾ। ਜੇ ਕਿਤੇ ਕੋਈ 2-4-10 ਘੰਟੇ ਕੋਈ ਮੇਨ, ਹੁਣ ਤੁਸੀਂ ਮੈਂ ਸਪੋਜ਼ ਕਰੋ, ਮੈਨੂੰ ਸੀ ਐੱਮ ਸਾਹਿਬ ਦਾ ਫੋਨ ਆਇਆ ਇੱਕ ਦਿਨ ਵੀ ਜੀਰਕਪੁਰ 17 ਘੰਟੇ ਲਾਈਟ ਬੰਦ ਹੋਈ। ਤੁਸੀਂ ਇਹ ਇਮੈਜਿਨ ਕਰੋ ਵੀ ਜਦੋਂ ਰਾਤ ਨੂੰ ਮੈਂ ਚੰਡੀਗੜ੍ਹ ਸੀ, ਜਦੋਂ ਸਾਨੂੰ ਪਤਾ ਲੱਗਿਆ, ਮੈਂ ਰੋਪੜ ਪਹੁੰਚਿਆ, 5 ਖੰਭੇ ਸੀ, ਅਸੀਂ ਰਾਤ ਨੂੰ ਖੜ੍ਹੇ ਕਰਕੇ ਦੂਜੇ ਨੂੰ 12 ਵਜੇ ਨੂੰ ਚਲਾਏ। ਮੈਂ ਕਿਹਾ ਜੀ 17 ਘੰਟੇ ਨਹੀਂ ਸਰ, 11-12 ਘੰਟੇ ਬੰਦ ਹੋਈ ਹੈ ਲਾਈਟ, ਚਲਾ ਦਿੱਤੀ ਅਸੀਂ। 5 ਮੇਨ ਮਤਲਬ ਪਿੱਲਰ ਡਿੱਗ ਪੈਣੇ ਜਿਹੜੇ ਥਰਮਲ 'ਚੋਂ ਆਉਂਦੇ ਸੀ, ਉਹਨੂੰ 10-12 ਘੰਟੇ 'ਚ ਖੜ੍ਹੇ ਕਰਨਾ ਕਿਤੇ ਛੋਟੀ ਮੋਟੀ ਗੱਲ ਹੈ? ਇਸ ਕਰਕੇ ਬੇਤੁਕੀਆਂ ਗੱਲਾਂ, ਕੋਈ ਗੱਲਬਾਤ 'ਚ ਸੱਚਾਈ ਨਹੀਂ, ਨਾ ਸਰਪਲਸ ਕਿਤੇ ਬਾਹਰ ਪਿਆ। ਸਾਡਾ ਸੂਬਾ ਆਪਣਾ ਹੈ, ਅਸੀਂ ਆਪਦੇ ਫਾਰਮਰ ਨੂੰ ਵੇਖਣਾ ਹੈ। ਨਿਰ ਤਾਂ ਖੁਦਕੁਸ਼ੀਆਂ ਹੋ ਰਹੀਆਂ, ਅਸੀਂ ਆਪਦੀ ਬਿਜਲੀ ਇਹਨਾਂ ਨੂੰ ਕਰਾਂਗੇ? ਇਹ ਆਪਣੇ ਆਪ ਦੇ ਜਿਹੜੇ ਕੀਤੇ ਹੋਏ ਫੈਸਲਿਆਂ 'ਚ ਝਾਤ ਮਾਰਨ, ਜਿਨ੍ਹਾਂ ਨੇ ਪਿੰਡਾਂ ਦੇ ਪਿੰਡ ਉਜਾੜਤੇ, ਉਹ ਅੱਜ ਠੀਕ ਹੈ ਇਹਨਾਂ ਨੇ ਪੋਲਿਸੀ ਦੇ ਵਿੱਚ ਉਹ ਕੁਛ ਲੈ ਆਉਂਦਾ, ਪੰਜਾਬ ਨੂੰ ਕੀ ਬੈਨੀਫਿਟ ਹੋਇਆ ਉਹਨਾਂ ਦਾ? ਸੁਖਬੀਰ ਬਾਦਲ ਨੇ ਤੁਹਾਡੇ ਆਸੇ ਪਾਸੇ ਪਿੰਡ ਜਿਹੜਾ ਅੱਜ ਭਾਈਚਾਰਾ ਇੱਕ ਪਿੰਡ 'ਚ ਉੱਠ ਖੜਿਆ, 10 ਘਰ ਕਿਤੇ ਜਾ ਕੇ, 10 ਘਰ ਕਿੱਥੇ ਜਾ ਵੜੇ, ਕਿਤੇ ਪਰਿਵਾਰ ਇਕੱਠਾ ਰਹੂਗਾ ਉੱਥੇ? ਇਹਨਾਂ ਨੇ ਪਿੰਡਾਂ ਦੇ ਪਿੰਡ ਜਾੜੇ ਆ, ਸਰ ਸਕਦਾ ਸੀ ਇਹਨਾਂ ਪਿੱਛੇ। ਸਰ ਗੋਬਿੰਦਪੁਰਾ ਜ਼ਮੀਨ ਅਕੁਆਇਰ ਹੋਈ ਸੀ ਔਰ ਕੈਪਟਨ ਸਾਹਿਬ ਵੀ ਆਏ ਸੀ, ਸਾਰੇ ਕਾਂਗਰਸ ਲੀਡਰਸ਼ਿਪ ਆਈ ਹੈ, ਔਰ ਇੱਕ ਵਾਅਦਾ ਕੀਤਾ ਗਿਆ ਸੀ ਵੀ ਲੋਕਾਂ ਨੂੰ ਅਸੀਂ ਥਰਮਲ ਲੱਗਣ ਨਹੀਂ ਦੇਵਾਂਗੇ, ਲੋਕਾਂ ਦੀ ਜ਼ਮੀਨ ਵਾਪਸ ਕਰਾਂਗੇ। ਹੁਣ ਸਰਕਾਰ ਵੀ ਸੱਤਾ 'ਚ ਹੈ, ਹੁਣ ਕੀ ਕਰਾਂਗੇ? ਮੈਨੂੰ 1 ਮਹੀਨਾ ਹੋਇਆ, 20 ਦਿਨ ਹੋ ਗਏ ਸਾਨੂੰ ਸ਼ਾਹ ਕੁੱਟ ਗਿਆ ਨੂੰ। ਇਹ ਹੁਣ ਕੱਲ੍ਹ ਨੂੰ ਸਾਡੀ ਕੈਬਨਿਟ ਦੀ ਮੀਟਿੰਗ ਹੈ, ਇਹ ਮੈਂ ਅੱਜ ਮੈਨੂੰ ਪਹਿਲਾਂ ਹੀ ਮੋਹਪੁਰ ਸਾਹਿਬ ਨੇ ਸਾਡੇ ਸਾਰੀ ਲੀਡਰਸ਼ਿਪ ਨੇ ਮੈਨੂੰ ਧਿਆਨ 'ਚ ਲੈ ਕੇ ਆਉਂਦਾ ਵੀ ਜਿਹੜੀ ਜ਼ਮੀਨ ਵਿਹਲੀ ਪਈ ਹੈ ਉਹਦਾ ਆਪਾਂ ਕੀ ਕਰਨਾ। ਮੈਂ ਸੀ ਐੱਮ ਸਾਹਿਬ ਨਾਲ ਜਾ ਕੇ ਗੱਲ ਕਰੂੰਗਾ, ਮੈਨੂੰ ਹਾਲੇ ਦੇ ਬਾਰੇ ਬਹੁਤਾ ਪਤਾ ਨਹੀਂ, ਇਸ ਕਰਕੇ ਨਹੀਂ। ਇਹ ਤੁਹਾਨੂੰ ਤੁਸੀਂ ਵੇਖੋ ਕੀ ਜਿਹੜੀ PTC ਨੂੰ ਦੇਖੋ, GST ਮਾਫ਼ ਕੀਤਾ, ਜੇ GST ਤਾਂ ਮਾਫ਼ ਹੋਊਗਾ ਜੇ ਬੀਬੀ ਰਿਜ਼ਾਈਨ ਦੇਊਗੀ ਕੁਰਸੀ ਨਾਲ। ਜਦੋਂ ਅਸੀਂ ਚੁੰਬੜੇ ਮੈਂ ਕੁਰਸੀ ਨਾਲ ਇੰਨਾ ਪਿਆਰ ਹੈ ਬਾਦਲ ਪਰਿਵਾਰ ਦਾ, GST ਕਿਵੇਂ ਮਾਫ਼ ਹੋ ਜੂਗਾ? ਮੈਂ ਕਿਸਾਨ ਦਾ ਪੁੱਤ ਹੈ, ਮੈਂ ਖੇਤੀ ਵੀ ਕਰਦਾ। ਮਿਊਚਲ ਸਿਸਟਮ ਹੁੰਦਾ, ਕਦੋਂ ਸੈੱਲ ਆਉਂਦੀ ਹੈ ਸਾਨੂੰ ਹਾਰਟੀਕਲਚਰ, ਮੇਰੀ ਵਾਈਸ ਚਾਂਸਲਰ ਨਾਲ ਗੱਲ ਹੋਈ, ਮੈਨੂੰ ਕਿਸਾਨਾਂ ਨੇ ਫੋਨ ਵੀ ਕੀਤੇ ਵੀ 15 ਜੂਨ ਹੁੰਦਾ, ਜਿਸਕੀ 20 ਜੂਨ ਕੀਤਾ। ਉਹ ਕਹਿੰਦੇ ਕਿਸਾਨ ਹੀ ਸੌਖਾ ਹੋਊਗਾ, ਤੁਸੀਂ ਥੋੜ੍ਹਾ ਤਜਰਬਾ ਕਰਕੇ ਝਾੜ ਵੀ ਵਧੂਗਾ। ਅਸੀਂ ਹਰੇਕ ਗੱਲ ਨੂੰ ਪੰਜਾਬੀ ਦੀ ਆਦਤ ਆ ਸਾਡੀ, ਅਸੀਂ ਤੇਜ਼ੀ ਕਰਨੀ ਹੈ ਅਤੇ ਤੇਜ਼ੀ ਕਰਕੇ ਸ਼ਾਇਦ ਅਸੀਂ ਗੱਲ ਕੰਮ ਨਿਬੇੜਨ ਦੀ ਕਰਦੇ ਹਾਂ। ਅਸੀਂ ਕਿਸਾਨ ਪ੍ਰਤੀ ਚਿੰਤਤ ਹੈ, ਕਿਸਾਨ ਦੀ ਹਾਲਾਤ ਮਾੜੇ ਨੇ, ਅਸੀਂ ਉਹਨੂੰ ਚੰਗਾ ਝਾੜ ਦੇਣ ਵਾਸਤੇ ਸਹੀ ਟਾਈਮ ਦਿੱਤਾ। ਨਿਰਵਿਘਨ ਸਾਰਾ ਪ੍ਰਬੰਧ ਮੁਕੰਮਲ ਆ ਸਾਡਾ। ਅੱਜ ਕਰਜ਼ਾ ਮਾਫ਼ੀ, ਮੈਂ ਤੁਸੀਂ ਦੱਸੋ, ਵਧਾਈ ਦੇਣੀ ਚਾਹੀਦੀ ਹੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ। ਮੈਂ ਤਾਂ ਕੈਪਟਨ ਅਮਰਿੰਦਰ ਸਿੰਘ ਦਾ ਆਪਣੀਆਂ ਦਿਲ ਦੀਆਂ ਗਹਿਰਾਈਆਂ 'ਚੋਂ ਧੰਨਵਾਦ ਕਰਦਾ, ਜੇ ਹਾਲਾਤਾਂ ਦੇ ਵਿੱਚ ਇੰਨਾ ਕਰਜ਼ਾ ਮਾਫ਼ ਕਰ ਰਹੇ ਨੇ, ਅੱਜ ਤੱਕ ਕਿਸੇ ਮੁੱਖ ਮੰਤਰੀ ਨੇ ਕੀਤਾ ਜੋ ਅੱਜ ਕੈਪਟਨ ਅਮਰਿੰਦਰ ਸਿੰਘ ਦੇ ਰਹੇ ਆ, ਔਰ ਖਜ਼ਾਨੇ ਦਾ ਸਾਡੇ ਦਾ ਇੰਨਾ ਮਾੜਾ ਹਾਲ ਕਰਕੇ ਗਏ, ਫਿਰ ਵੀ ਅੱਜ ਆਪਦੀ ਰੱਤੀ ਕੌਡੀ ਕੌਡੀ ਇਕੱਠੀ ਕਰਕੇ ਫਿਰ ਤੋਂ। ਵਾਈਟ ਪੇਪਰ ਹੋ ਜੂਗਾ, ਤੁਸੀਂ ਸਹਿਜ ਕਰੋ, ਸਾਰਾ ਕੁਛ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜੂ, ਕਿਉਂ ਤੇਜ਼ੀ ਕਰਦੇ ਹਾਂ, 4 ਸਾਲ ਬਾਕੀ ਪਏ। ਦੇਖੋ ਪਤਾ ਕੀ, SC ਫੈਮਿਲੀਆਂ ਨੂੰ ਅਸੀਂ 3000 ਯੂਨਿਟ ਮਾਫ਼ ਕੀਤੀ ਆ ਸਾਲ ਦੀ, ਹੁਣ ਕੀ ਆ ਮੇਰੇ ਸਾਹਮਣੇ ਆਈ ਆ ਗੱਲ, ਉਹ ਮੰਨ ਲਓ 3500 ਯੂਨਿਟ ਉਹਨਾਂ ਨੇ ਬਾਲ ਲਈ, 3500 ਦਾ ਬਿੱਲ ਲੱਗ ਗਿਆ, ਵੱਡੇ ਬਿੱਲ ਹੋ ਗਏ। ਅਸੀਂ ਇੱਕ ਹੁਣ ਪੋਲਿਸੀ ਲੈ ਕੇ ਆ ਰਹੇ ਹਾਂ ਵੀ ਜਿਹੜੀ 3000 ਤੋਂ ਉੱਪਰ 500 ਯੂਨਿਟ ਦਾ 500 ਯੂਨਿਟ ਦਾ ਲੈ ਲਓ, ਉਹ ਜਿਹੜਾ 3000 ਉਹਦੀ ਪੋਲਿਸੀ ਖਤਮ ਕਰਕੇ ਉਹਦਾ ਰੇਟ ਫੈਰੀ ਕਿਹੜਾ ਸਾਡੇ ਆਪ ਕੈਪਟਨ ਸਰ, ਸਰਕਾਰ ਨੇ ਸਾਡਾ ਕਰਜ਼ਾ ਮਾਫ਼ ਕੀਤਾ, ਇਹ 'ਤੇ ਅਸੀਂ ਬਹੁਤ ਧੰਨਵਾਦ ਹਾਂ, ਬਹੁਤ ਖੁਸ਼ ਹਾਂ ਜੀ, ਧੰਨਵਾਦ ਕਰਦੇ ਹਾਂ ਸਰਕਾਰ 'ਤੇ ਜਿਹੜੀ ਨੇ ਬਾਂਹ ਫੜ ਲਈ ਸਾਡੀ ਕਿਸਾਨਾਂ ਦੀ, ਕਰਜ਼ਾ ਮੁਕਤ ਕੀਤਾ ਕੈਪਟਨ ਸਰਕਾਰ ਦਾ, ਬਹੁਤ ਧੰਨਵਾਦ ਕਰਦੇ ਹਾਂ। ਮੋੜ ਮੰਡੀ ਤੋਂ ਰਾਕੇਸ਼ ਕੁਮਾਰ ਦੀ ਰਿਪੋਰਟ।
ATV ਨਿਊਜ਼। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ 'ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਜ਼ਰੂਰ ਦਬਾਓ।